जथेदार साहब तुसी जिहड़ी पीटीसी वाली उह चलदा गा कीर्तन उहदे बारे श्रोमणी कमेटी नूं लिख के दित्ता होया की जवाब आया जी उहदा हुण तक जवाब आया कोई फिर जदों तुहाडी गल श्रोमणी कमेटी नहीं मन रही जी उहनां तों लओ ना जवाब ਵੀ ਅਸੀਂ ਕੀਰਤਨ ਆ ਜਿਹੜਾ ਉਹ ਸਾਰਿਆਂ ਨੂੰ ਫ੍ਰੀ ਕਿਉਂ ਨਹੀਂ ਹੁੰਦਾ ਹੈ ਸਾਰੇ ਬੰਦੇ ਬੈਠੋ ਸਣੇ ਜਥੇਦਾਰ ਸਾਹਿਬ ਮੈਂ ਬੇਨਤੀ ਕਰਦਾ ਹਿੱਕ 'ਤੇ ਹੱਥ ਰੱਖ ਕੇ ਦੱਸੋ ਵੀ ਸਾਡਾ ਅਖਬਾਰ ਕਿਹੜਾ ਦੱਸੋ ਸਿੱਖ ਕੌਮ ਦਾ ਅਖਬਾਰ ਕਿਹੜਾ ਹੈ ਇੱਕ ਅਖਬਾਰ ਕੋਈ ਕਿਹੜਾ ਸਾਡਾ ਚੈਨਲ ਆ ਕੌਮ ਦਾ ਹੈ ਕੋਈ ਚੈਨਲ ਇਹ ਜਦੋਂ ਅਸੀਂ ਅਕਾਲੀ ਦਲ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਅਕਾਲੀ ਅਖਬਾਰ ਦੀ ਗੱਲ ਆਉਂਦੀ ਆ ਖਾਲਸਾ ਅਖਬਾਰ ਦੀ ਗੱਲ ਆਉਂਦੀ ਆ ਕਿਉਂ ਨਹੀਂ ਮਤਲਬ ਇੱਕ ਚੈਨਲ ਖੜਾ ਕਰਦੀ ਸਾਡੀ ਕੌਮ ਕਿਉਂ ਨਹੀਂ ਇੱਕ ਅਖਬਾਰ ਇੱਕ ਮੀਡੀਆ ਮੀਡੀਆ ਮਤਲਬ ਸਿੱਖ ਮੀਡੀਆ ਬੋਰਡ ਖੜਾ ਕਰੇ ਜਥੇਦਾਰ ਸਾਹਿਬ ਅੱਜ ਇੱਥੇ ਹੌਕਾ ਦੇਣ ਪੂਰੀ ਕੌਮ ਨੂੰ ਵੀ ਭਾਈ ਆਪਾਂ ਇੱਕ ਮੀਡੀਆ ਹਾਊਸ ਬਣਾਉਣਾ ਬੀਬੀਸੀ ਲੰਡਨ ਵਰਗਾ ਅਦਾਰਾ ਬਣਾ ਸਕਦੀ ਆ ਕੌਮ ਸਾਡੇ ਕੋਲ ਪੈਸੇ ਦਾ ਘਾਟਾ ਗਾ ਕੱਲ ਮੈਂ ਇੱਕ ਗੱਲ ਕਹੀ ਵੀ ਗੁਰਬਾਣੀ ਜਿਹੜੀ ਹੈ ਪਵਿੱਤਰ ਗੁਰਬਾਣੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਆਉਂਦੀ ਹੈ ਉਹ ਇੱਕੋ ਚੈਨਲ 'ਤੇ ਕਿਉਂ ਆਉਂਦੀ ਹੈ ਬਈ ਬਾਕੀ ਸਾਰਿਆਂ 'ਤੇ ਆਉਣੀ ਚਾਹੀਦੀ ਆ ਉਹ ਓਏ ਉਹ ਇਹਨਾਂ ਦੇ ਆਪਦੇ ਚੈਨਲ 'ਤੇ ਕਿਉਂ ਆਉਂਦੀ ਹੈ ਬਾਦਲਾਂ ਦੇ ਚੈਨਲ 'ਤੇ ਸਭ ਤੋਂ ਮਹਿੰਗਾ ਚੈਨਲ ਬਣਾ ਰੱਖਿਆ ਉੱਥੇ ਕੈਨੇਡਾ ਅਮਰੀਕਾ 'ਚ ਬਹੁਤ ਜ਼ਿਆਦਾ ਡਾਲਰ ਦੇਣੇ ਪੈਂਦੇ ਨੇ ਪੀ ਟੀ ਸੀ ਲਵਾਉਣ ਵਾਸਤੇ ਕਿਉਂਕਿ ਗੁਰਬਾਣੀ ਲਾਈਵ ਆਉਂਦੀ ਹੈ ਲੋਕ ਲਵਾਉਂਦੇ ਨੇ ਸ਼ਰਧਾ ਲੋਕਾਂ ਦੀ ਲੱਖਾਂ ਭਾਵਨਾ ਅਤੇ ਮੈਂ ਕਹਿ ਤਾ ਵੀ ਸਾਰਿਆਂ ਦੇ ਨੂੰ ਫ੍ਰੀ ਚਾਹੀਦਾ ਇਹ ਮੈਨੂੰ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਾਖਲ ਨਾ ਦਿਓ ਅੱਛਾ ਮੈਂ ਕਿਹਾ ਜੇ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛਡਾਉਣ ਵਾਸਤੇ ਕੋਈ ਗੱਲ ਕਰੇ ਤਾਂ ਧਾਰਮਿਕ ਮਾਮਲਿਆਂ 'ਚ ਦਾਖਲ ਅਤੇ ਜੇ ਐੱਸ ਜੀ ਪੀ ਸੀ ਦਾ ਪ੍ਰਧਾਨ ਧਾਮੀ ਜਲੰਧਰ ਜਾ ਕੇ ਤੱਕੜੀ ਵਾਸਤੇ ਵੋਟ ਮੰਗੇ ਉਹ ਨਿੱਜੀ ਫੈਸਲਾ ਆਹ ਗੱਲ ਵੀ ਆਊਗੀ ਟੀ ਵੀ ਅਤੇ ਹੁਣ ਮੈਂ ਪ੍ਰਧਾਨ ਜੀ ਨੂੰ ਕਹਿਣਾ ਇਸ ਦਾ ਜਵਾਬ ਬਾਦਲਾਂ ਨੂੰ ਪੁੱਛ ਕੇ ਹੀ ਦਿਓ ਕਿਉਂਕਿ ਮੈਨੂੰ ਪਤਾ ਹੈ ਸਾਰਾ ਕੁਛ ਉੱਧਰੋਂ ਹੀ ਆਉਂਦਾ ਤੁਹਾਨੂੰ ਜਿੰਨਾ ਕੁ ਡਾਊਨਲੋਡ ਕਰਦੇ ਆ ਤੁਹਾਨੂੰ ਉੱਨਾ ਕੁ ਹੀ ਬੋਲਦੇ ਹੋ ਤੁਸੀਂ ਉੱਥੇ ਚੱਕ ਕੇ ਪੀ ਟੀ ਸੀ ਨੂੰ ਦੇ ਦਿੰਦੇ ਨੇ ਇਹ ਕੌਣ ਨੇ ਵੀ ਗੁਰਬਾਣੀ ਗੁਰਬਾਣੀ ਦੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੇਣ ਵਾਲੇ ਕਿਹਨੇ ਲਿਖੀ ਸੀ ਗੁਰਬਾਣੀ ਬਾਬਾ ਨਾਨਕ ਦੀ ਹੈ ਗੁਰਬਾਣੀ ਤਾਂ ਭਗਤਾਂ ਦੀ ਹੈ ਇਹ ਕਿਵੇਂ ਕਬਜ਼ਾ ਕਰਕੇ ਬਹਿ ਗਏ ਤੁਸੀਂ ਮੇਰੇ ਸਾਨੂੰ ਸਹਿਮਤ ਹੋ ਇਸ ਗੱਲ 'ਤੇ ਨਾ ਸਾਰੇ ਚੈਨਲ 'ਤੇ ਆਉਣੀ ਚਾਹੀਦੀ ਹੈ ਇਹ ਆਪਦਾ ਕਬਜ਼ਾ ਕਰਕੇ ਬਹਿ ਗਏ ਸੋ ਜਿਹੜਾ ਸ਼੍ਰੋਮਣੀ ਕਮੇਟੀ ਹੈ ਉਹ ਤਾਂ ਕਹਿੰਦੇ ਅਕਾਲੀ ਦਲ ਦੀ ਹੈ ਲੈ ਨਾਲੇ ਅਕਾਲੀ ਦਲ ਕਹਿੰਦੇ ਅਸੀਂ ਤਾਂ ਰਾਜਨੀਤਿਕ ਪਾਰਟੀਆਂ ਜਦੋਂ ਉੱਧਰ ਜਾਣਾ ਹੁੰਦਾ ਕਹਿੰਦੇ ਧਾਰਮਿਕ ਪਾਰਟੀਆਂ ਕੋਈ ਗੱਲ ਨਹੀਂ ਪਰਮਾਤਮਾ ਦੇਖਦਾ ਸਾਰਾ ਕੁਛ ਇੱਥੇ ਵਾਲੀਆਂ ਕਚਹਿਰੀਆਂ 'ਚ ਵਕੀਲ ਕਰ ਲਉਂਗੇ ਇੱਥੇ ਵਾਲੀਆਂ ਕਚਹਿਰੀਆਂ 'ਚੋਂ ਗਵਾਹ ਵੀ ਮਕਰਾਓਗੇ ਪਰਮਾਤਮਾ ਵਾਲੀ ਕਚਹਿਰੀ 'ਚ ਕੌਣ ਕੌਣ ਉੱਥੇ ਨਹੀਂ ਕੋਈ ਪੁੱਛਦਾ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਉਹ ਕਿਸੇ ਨੇ ਤੇਰੀ ਜਾਤ ਪੁੱਛਣੀ ਭਗਵੰਤ ਮਾਨ ਜੀ ਗੋਲਕਾਂ 'ਤੇ ਉਂਗਲ ਕਰਦੇ ਸੀ ਅਤੇ ਸ਼੍ਰੋਮਣੀ ਕਮੇਟੀ 'ਤੇ ਤਾਂ ਅਕਸਰ ਕਟਾਕਸ਼ ਕਰਦੇ ਨੇ ਸੋ ਇੱਕ ਸਾਲ ਪਹਿਲਾਂ ਵੀ ਇੱਕ ਰਾਗ ਲਾਪਿਆ ਸੀ ਕਿ ਅਸੀਂ ਦਰਬਾਰ ਸਾਹਿਬ ਦੇ ਕੀਰਤਨ ਦਾ ਜਿਹੜਾ ਕਿ ਸਰਕਾਰ ਕਰਨਾ ਚਾਹੁੰਦੀ ਹੈ ਹੁਣ ਫੇਰ ਉਹਨਾਂ ਨੇ ਇਹ ਇਸ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੱਲ੍ਹ ਟਵੀਟ ਕੀਤਾ ਸੀ ਲੱਗਾ ਸੀ ਕਿ ਟਵੀਟ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਵਾ ਗੁਰਬਾਣੀ ਦੇ ਪ੍ਰਤੀ ਪਰ ਅੱਜ ਜਦੋਂ ਉਹਨਾਂ ਨੇ ਭਾਸ਼ਣ ਦਿੱਤਾ ਤੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਇੱਥੇ ਕੋਈ ਪ੍ਰਸਾਰਣ ਦਾ ਮਸਲਾ ਨਹੀਂ ਹੈਗਾ ਜਾਂ ਕੋਈ ਗੁਰਬਾਣੀ ਦਾ ਮਸਲਾ ਨਹੀਂ ਹੈਗਾ ਇੱਥੇ ਤਾਂ ਸਿਰਫ ਉਹਨਾਂ ਨੂੰ ਬਾਦਲ ਤੇ ਜਿਹੜਾ ਸ਼੍ਰੋਮਣੀ ਕਮੇਟੀ ਫੋਬੀਆ ਹੋਇਆ ਦਿਖਾਈ ਦੇ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਿਹੜੇ ਆ ਇਸ ਗੱਲ ਲਈ ਸਮਰੱਥ ਨੇ ਕਿ ਉਹਨਾਂ ਨੂੰ ਸਰਕਾਰੀ ਫੌੜੀਆਂ ਦੀ ਲੋੜ ਨਹੀਂ ਹੈਗੀ ਜਾਂ ਸਰਕਾਰੀ ਖੈਰਾਤ ਦੀ ਲੋੜ ਨਹੀਂ ਹੈਗੀ ਕਿ ਉਹ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਸਰਕਾਰ ਦੇ ਮੁੰਡਿਆਂ ਦੇ ਜਾਂ ਫੌੜੀਆਂ ਦੇ ਰੱਖ ਕੇ ਕਰਨ ਤੇ ਸਿੱਖ ਇਸ ਗੱਲ ਲਈ ਸਮਰੱਥ ਨੇ ਇੱਕ ਗੱਲ ਤੁਹਾਡਾ ਧੰਨਵਾਦ ਪਰ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਕਿ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਾਰੇ ਅੱਜ ਤੁਸੀਂ ਜ਼ਿਕਰ ਕਰ ਰਹੇ ਹੋ ਪਿੱਛੇ ਇਲੈਕਸ਼ਨਾਂ ਵਿੱਚ ਵੀ ਕੀਤਾ ਮੈਂ ਇਹ ਗੱਲ ਕਹਿ ਦਿਆਂ ਕਿ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਕਹਿੰਦੇ ਚੰਦ ਦੇ ਥੁੱਕਣ ਵਾਲੀ ਗੱਲ ਆ ਜਿਹੜਾ ਥੁੱਕੂਗਾ ਉਹਦੇ ਮੂੰਹ ਤੇ ਪਏਗਾ ਸੋ ਉਹਨਾਂ ਨੇ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਉਹ ਇੱਕ ਆਪਣੀ ਜਾਤੀ ਮਸਲਾ ਸੀ ਧਾਮੀ ਸਾਹਿਬ ਜਦੋਂ ਇਲੈਕਸ਼ਨ 'ਚ ਗਏ ਨੇ ਉਹਨਾਂ ਨੇ ਜੇ ਤਾਂ ਆਪਣਾ ਰੁਤਬਾ ਵਰਤਿਆ ਜਾਂ ਉਹਨਾਂ ਦੀ ਗੱਡੀ ਵਰਤੀ ਜਾਂ ਤੇਲ ਵਰਤਿਆ ਜਾਂ ਉਹਨਾਂ ਦਾ ਪੈਸਾ ਵਰਤਿਆ ਸ਼੍ਰੋਮਣੀ ਕਮੇਟੀ ਦਾ ਤਾਂ ਜ਼ਰੂਰ ਤੁਸੀਂ ਇਸ 'ਤੇ ਉਂਗਲ ਚੁੱਕ ਸਕਦੇ ਹੋ ਸੋ ਤੁਸੀਂ ਆਪਣੇ ਪੀੜ੍ਹੀ ਥੱਲੇ ਸੋਟਾਂ ਤਾਂ ਜ਼ਰੂਰ ਮਾਰੋ ਨਾ ਕਿ ਪੈਸਾ ਜਿਹੜਾ ਵਾ ਸਾਡਾ ਇਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਅਤੇ ਸਿਕਿਉਰਟੀਆਂ ਤੁਸੀਂ ਜਿਹੜੀਆਂ ਦਿੱਲੀ 'ਚ ਬੈਠੇ ਕੇਜਰੀਵਾਲ ਸਾਹਿਬ ਦੇ ਘਰ ਦੇ ਮੂਹਰੇ ਲਾਈ ਆ ਰਾਘਵ ਚੱਡਾ ਜੀ ਦੇ ਘਰ ਦੇ ਮੂਹਰੇ ਲਾਈ ਆ ਅਤੇ ਉਸ ਤੋਂ ਗਾਂਹ ਜਿਹੜਾ ਹੈਲੀਕਾਪਟਰ ਆ ਤੁਹਾਡਾ ਇਹ ਪੰਜਾਬ ਵਾਸਤੇ ਹੈਲੀਕਾਪਟਰ ਆ ਅਤੇ ਉਹ ਹੈਲੀਕਾਪਟਰ ਦੇ 67 ਲੱਖ ਰੁਪਏ ਦੇ ਫੇਰੇ ਨੇ ਗੁਰਬਾਣੀ ਪ੍ਰਸਾਰਣ ਆ ਇਹ ਸਿੱਖਾਂ ਦਾ ਜਿਹੜਾ ਸਤਿਕਾਰ ਦਾ ਮਸਲਾ ਮਰਿਆਦਾ ਦਾ ਮਸਲਾ ਇਸ ਪਿਛਲੇ ਸਮੇਂ ਦੇ ਵਿੱਚ ਪੂਰਾ ਨਿਰਵਿਘਨ ਤੇ ਵਧੀਆ ਢੰਗ ਨਾਲ ਪ੍ਰਸਾਰਣ ਹੋਇਆ
11 साल का कॉन्ट्रैक्ट थी, जुलाई में खत्म हो जाएगा। सो उस समय समुचे पंच के नाल रह लैके अगले जड़े प्रबंध किए जाएंगे। इस तरह का तुसी ज्यादा फिक्र ना करो। तो तुसी जिहड़ियां गुरबाणी प्रसारण दी स्क्रीनां जिहड़ियां विरासती मार्ग ते बंद कीतियां, कृपा करके चला दिओ, थोड़ा जिहा ध्यान दिओ। तो अखीर दे विच बेनती करांगा कि श्रोमणी गुरुद्वारा प्रबंधक कमेटी जिहड़ी आ ਇਹ ਸਾਂਝੀ ਸੰਸਥਾ ਵਾ, ਇਹਦਾ 50 ਕਰੋੜ ਰੁਪਇਆ ਤੁਹਾਡੇ ਕੋਲ ਬੈਠਾ, ਤੁਹਾਡਾ ਖਜ਼ਾਨਾ ਮੰਤਰੀ ਉਸ ਨੂੰ ਦੱਬੀ ਬੈਠਾ। ਸੋ ਕਿਰਪਾ ਕਰਕੇ ਜਿਹੜਾ SCBC ਦਾ ਵਜ਼ੀਫਾ ਵਾ, ਜਿਹੜਾ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ, ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦਾ, ਕਿਰਪਾ ਕਰਕੇ ਉਹ ਦੇਣ ਦੀ ਕਿਰਪਾਲਤਾ ਕਰੋ। ਇਹ ਆਪ ਜੀ ਨੂੰ ਸਿਮਰ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।